ਦੇ ਚੋਂ ਕਿਵੇਂ ਨਿਕਲਦਾ? ਦੁੱਧ ਤਾਂ ਸੇਮ ਹੀ ਆ ਸਾਰਾ। ਦੁੱਧ ਤਾਂ ਸਹੀ ਆ, ਕੱਲ੍ਹ ਤਾਂ ਜੰਮੀ ਧਾਰਾਂ ਨਹੀਂ ਆਈਆਂ ਇਹਦੀ, ਅੱਜ ਤਾਂ ਵਾਹਵਾ ਕਰ ਗਈ। ਆਹ ਥਾਂਦੇ ਨਾ ਸੋਜਿਸ਼ ਬਹੁਤ ਜ਼ਿਆਦਾ ਹੋ ਰਹੀ ਆ, ਸੋਜੀ ਇਸ ਕਾਰਨ ਹੀ ਹੈ ਮਤਲਬ ਇਹ ਨਾ ਹੈ ਹੀ ਵਾਲੇ ਛੋਟੇ ਆ। ਅੰਗੂਠੇ ਨਾਲ ਕੱਢਦੇ ਧਾਰਕ ਕਿਵੇਂ? ਐਂ ਕੱਢਦੀਆਂ ਬੁੜੀਆਂ ਅੰਗੂਠੇ ਐਂ ਕੱਢਦੀਆਂ ਨਾ ਅੰਗੂਠੇ ਨਾਲ ਐਂ ਐਂ ਨਾ ਕੱਢਣ ਦੇ, ਐਂ ਕੱਢਿਆ ਕਰੋ। ਉਹ ਤਾਂ ਫਿਰ ਹੁਣ ਜਮੀਟਾ ਬਾਹਾਂ ਹੀ ਕੱਢਣਗੀਆਂ। ਮੈਂ ਐਂ ਕੱਢਦਾ ਐਂ ਅੰਗੂਠਾ ਵਿੱਚ ਮੋੜ, ਐਂ ਕਰਕੇ ਤੁਸੀਂ ਅੰਗੂਠਾ ਵਿੱਚ ਮੋੜ ਕੇ ਕੱਢਦੇ ਹੋ ਇਹ ਇੱਦਾਂ? ਐਂ ਕੱਢਿਆ ਕਰੋ। ਐਂ ਦੇਖੀ ਇਹ ਇਹੀ ਤਾਂ ਫਿਰ ਕੰਮ ਖਰਾਬ ਕਰਦਾ। ਐਂ ਕੱਢਿਆ ਕਰੋ ਐਂ। ਕਿੰਨੇ ਟਾਈਮ ਦੀ ਹੋ ਗਈ? 1 ਮਿੰਟ 27 ਸਕਿੰਟ। ਇਹਨੂੰ ਰੋਕ ਲੈ ਇੱਥੇ। ਸਾਈਕਲ ਦੇਖਿਓ ਝੋਟੀ ਦਾ ਥਾਣਾ ਐਂ ਫੜਨਾ, ਇਹਦੇ ਵਿੱਚ ਮੂਰੀ ਦੇ ਵਿੱਚ ਇਹਦੇ 'ਚ ਐਂ ਪਾ ਦੇਣਾ ਆ ਸਿਲਾਈ ਜੀ, ਠੀਕ ਹੈ ਜੀ? ਉਹ ਤੋਂ ਬਾਅਦ ਸਾਨੂੰ ਦੱਬ ਦੇਣਾ ਹੈ। ਚੀਜ਼ਾਂ ਟੀਕੇ ਬਹੁਤ ਲਾਉਣਾ ਮੈਨੂੰ ਕਹਿੰਦੇ ਹੁੰਦੇ। ਮੈਂ ਖੈਰ ਟੀਕਾ ਹਮੇਸ਼ਾ ਹੀ ਅਲੱਗ ਲਾਉਣਾ ਚਾਹੀਦਾ, ਸਾਰੀ ਦਵਾਈ ਅਲੱਗ ਅਲੱਗ ਲਾਉਣੀ ਚਾਹੀਦੀ। ਜਦੋਂ ਆਪਾਂ ਮਿਕਸ ਕਰਕੇ ਲਾਉਣੇ ਫਿਰ ਟੀਕਾ ਦਿੱਕਤ ਦਿੰਦੇ ਅੱਗੇ ਅੱਗੇ ਜਦੋਂ ਜਗਦੀਪ ਰੋੜਾ ਹੁੰਦਾ ਦੇਖਿਆ ਤੇ ਨਾ ਕਿਆ